ਖੇਤਰ 'ਚ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਗੁਰਦਿਆਲ ਸੁਨੇੜੀ ਵੱਲੋਂ ਪਿੰਡ ਬੀੜ ਮਥਾਣਾ ਦੇ ਰਾਜਕੀ ਸੀਨੀਅਰ ਸੈਕੰਡਰੀ ਸਕੂਲ ਦਾ ਜਾਂਚ ਦੌਰਾ ਕੀਤਾ ਗਿਆ। ਜਾਂਚ ਦੌਰਾਨ ਜ਼ਿਆਦਾਤਰ ਸਟਾਫ ਗੈਰ ਹਾਜ਼ਰ ਪਾਇਆ ਗਿਆ ਅਤੇ ਬੱਚਿਆਂ ਤੋਂ ਆਮ ਜਾਣਕਾਰੀ ਦੇ ਸਵਾਲ ਵੀ ਪੁੱਛੇ ਗਏ, ਜਿਨ੍ਹਾਂ ਦਾ ਜਵਾਬ ਦੇਣ 'ਚ ਬੱਚੇ ਅਸਫਲ ਰਹੇ, ਜਿਸ 'ਤੇ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਵੱਲੋਂ ਸਟਾਫ ਨੂੰ ਹਦਾਇਤ ਕੀਤੀ ਕਿ ਪ੍ਰਦੇਸ਼ ਸਰਕਾਰ ਦਾ ਟੀਚਾ ਚੰਗੀ ਸਿੱਖਿਆ ਉਪਲਬਧ ਕਰਾਉਣਾ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਰਤਵ ਕੀ ਇੱਕ ਸੋਚ ਹੈ ਕਿ ਹਰ ਗਾਓਂ ਮੇਂ ਸਿਕਸ਼ਾ ਅੱਛੀ ਹੋ, ਹਰ ਗਾਓਂ ਮੇਂ PSC ਕਾ CSC ਕਾ ਸੁਧਾਰ ਹੋ, ਤਾਂ ਕਿ ਹਮਾਰੀ ਜੋ ਗਾਓਂ ਕੇ ਜਨਤਾ ਹੈ ਕਿਸੀ ਕਾਰਨ ਉਸਕੋ ਪਰੇਸ਼ਾਨ ਨਾ ਹੋਣਾ ਪੜੇ। ਉਸੀ ਲਕਸ਼ ਕੋ ਦੇਖਤੇ ਹੋਏ ਅੱਜ ਮੈਂ ਬੀੜ ਮਥਾਣਾ ਕੇ ਸਕੂਲ ਮੇਂ ਪਹੁੰਚਾ, ਤੋ ਵਹਾਂ ਕੀ ਜੋ ਮੈਨੇ ਵਿਵਸਥਾ ਦੇਖੀ ਤੋ ਵਹਾਂ ਕਹੀਂ ਨਾ ਕਹੀਂ ਮੇਰੇ ਕੋ ਲਾਪਰਵਾਹੀ ਜ਼ਰੂਰ ਮਿਲੀ। ਜੈਸੇ ਕੁਛ ਟੀਚਰ ਅਭੀ ਲੇਟ ਆਏ ਤੋ ਉਨਕੇ ਬਾਰੇ ਪੁੱਛਿਆ ਕਿ ਉਹਨਾਂ ਨੇ ਕਿਹਾ ਕਿ ਛੁੱਟੀ ਹੈ, ਮੈਸੇਜ ਵੀ ਹੈ ਫੋਨ ਕੇ। ਕਿਆ ਮੈਂ ਪੁੱਛਣਾ ਚਾਹਤਾ ਹੂੰ ਕਿ ਜੋ ਹਮਾਰੇ ਕਾਲਜ ਸਕੂਲ PSC ਸਰਕਾਰੀ ਬਿਲਡਿੰਗੇ ਚਲਤੀ ਹੈ, ਪ੍ਰਸ਼ਾਸਨ ਚਲਤਾ ਹੈ ਕਿ ਮੈਸੇਜ ਚਲਤਾ ਹੈ। ਤੋ ਉਸ ਮੈਡਮ ਨੇ ਫਿਰ ਠੀਕ ਹੈ, ਕਹੀਂ ਨਾ ਕਹੀਂ ਪਹਿਲੇ ਸੀ ਸਤਰਕ ਥੀ ਉਹ, ਉਹਨੇ ਐਪਲੀਕੇਸ਼ਨ ਛੁੱਟੀ ਕੀ ਪਹਿਲੇ ਰੱਖ ਰੱਖੀ ਤੀ ਟੇਬਲ ਕੇ ਉੱਪਰ ਵੀ ਕਭੀ ਵੀ ਉਹ ਐਪਲੀਕੇਸ਼ਨ ਕਭੀ ਵੀ ਕਿਸੀ ਕਾਮ ਆ ਜਾਏ। ਤੋ ਚਲੋ ਆਜ ਤੋ ਲਗਭਗ ਠੀਕ ਮਿਲਾ, ਮਗਰ ਜੋ ਬੱਚੋਂ ਕੋ ਇੱਕ ਸਮਾਨਿਆ ਗਿਆਨ ਥਾ ਬਿਲਕੁਲ ਹੀ -0, ਕਿਉਂਕਿ ਮੈਨੇ ਦੋ ਤਿੰਨ ਕੁਸ਼ਚਨ ਪੁੱਛੇ ਕਿ ਭਾਰਤ ਕਾ ਮਹਾਮਹਿਮ ਰਾਸ਼ਟਰਪਤੀ ਜੀ ਕੌਣ ਹੈ, ਉਹਨੇ ਪੂਰਵ ਰਾਸ਼ਟਰਪਤੀ ਪੂਰਨ ਮੁਖਰਜੀ ਕਾ ਨਾਮ ਬਤਾਇਆ, ਹਰਿਆਣਾ ਕੇ ਸਿਕਸ਼ਾ ਮੰਤਰੀ ਕਾ ਨਾਮ ਉਹਨਾਂ ਨੂੰ ਨਹੀਂ ਪਤਾ, ਹਰਿਆਣਾ ਕੇ ਮਹਾਮਹਿਮ ਰਾਜਿਆਪਾਲ ਕਾ ਨਾਮ ਕਾ ਨਹੀਂ ਪਤਾ। ਤੋ ਇਸ ਕਹੀਂ ਨਾ ਕਹੀਂ ਸਭ ਕੇ ਦਾਇਰੇ ਮੇਂ ਜਾਤੀ ਹੈ ਕਿ ਹਮਾਰੇ ਯਹਾਂ ਜੋ ਟੀਚਰ ਹੈ ਲਾਪਰਵਾਹੀ ਕਰਤੇ ਹੈ, ਮਾਤਰ ਘਰ ਸੇ ਆਕਰ ਧੂਪ ਸੇਕਣੇ ਕਾ ਕਾਮ ਕਰਤੇ ਹੈ। ਨਹੀਂ ਵੈਸਾ ਹੈ, ਕੁਛ ਕਮੀਆਂ ਪਾਈ ਗਈ ਹੈ, ਪਰ ਲੇਕਿਨ ਗਾਮ ਕੇ ਲੋਕ ਵੈਸੇ ਤੋ ਸਕੂਲ ਮੇਂ ਜਾਂਦੇ ਰਹਿੰਦੇ ਹੈ, ਠੀਕ ਹੈ, ਵਹਾਂ ਕਾ ਮਾਹੌਲ ਕੁਛ ਪਹਿਲੇ ਸੇ ਬਹੁਤ ਸੁਧਾਰ ਹੈ। ਇੱਕ ਹਮਾਰੇ ਯਹਾਂ ਜੋ ਬਿਲਡਿੰਗ ਹੈ, ਬਿਲਡਿੰਗ ਕੀ ਕਮੀ ਕਰਕੇ ਬੱਚੇ ਕਮ ਹੈ, ਔਰ ਟੀਚਰ ਵੀ ਇਤਨਾ ਉਹ ਨਹੀਂ ਕਰ ਸਕਦੇ।